ਇੱਕ ਤੁਰੇ ਜਾ ਰਹੇ ਨੌਜਵਾਨ ਦੇ ਉੱਪਰ ਕ੍ਰੇਨ ਚੜ ਗਈ। ਦੋਵੇਂ ਟਾਇਰ ਨੌਜਵਾਨ ਦੇ ਸਰੀਰ ਉੱਪਰੋਂ ਲੰਘੇ ਨੇ। ਮੌਕੇ ਤੇ ਹੀ ਇਸ ਨੌਜਵਾਨ ਦੀ ਮੌਤ ਹੋਈ ਹੈ। ਇਹ ਦਰਦਨਾਕ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇੱਕ ਨੌਜਵਾਨ ਸੜਕ ਦੇ ਕਿਨਾਰੇ ਤੇ ਤੁਰਿਆ ਜਾ ਰਿਹਾ ਤਾਂ ਪਿੱਛੋਂ ਬੇਲਗਾਮ ਇੱਕ ਕ੍ਰੇਨ ਦੇ ਵੱਲੋਂ ਉਸ ਨੂੰ ਦਰੜਿਆ ਗਿਆ। ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਲੁਧਿਆਣਾ ਦੇ ਪਿੰਡ ਕੂਮ ਕਲਾਂ ਦੇ ਨੇੜੇ ਇਹ ਭਿਆਨਕ ਹਾਦਸਾ ਹੋਇਆ ਜਿੱਥੇ ਇੱਕ ਕ੍ਰੇਨ ਨੇ ਰਾਹ ਜਾਂਦੇ ਸ਼ਖਸ ਨੂੰ ਕੁਚਲ ਦਿੱਤਾ। ਕ੍ਰੇਨ ਦਾ ਟਾਇਰ ਉਸਦੇ ਸਰੀਰ ਉੱਪਰੋਂ ਦੀ ਲੰਘ ਗਿਆ। ਇਸ ਦਰਦਨਾਕ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ। ਮੌਕੇ ਤੇ ਆਈ ਪੁਲਿਸ ਨੇ ਮ੍ਰਿਤਕ ਦੇਹ ਨੂੰ ਹਸਪੀਟਲ ਪਹੁੰਚਾਇਆ ਜਿੱਥੇ ਉਸਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਕ੍ਰੇਨ ਚਾਲਕ ਦੇ ਵੱਲੋਂ ਵਰਤੀ ਲਾਪਰਵਾਹੀ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਧਰ ਜਦੋਂ ਪੁਲਿਸ ਦੇ ਮੁਲਾਜ਼ਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਨੂੰ ਦੇਖ ਕੇ ਭੱਜਦਾ ਨਜ਼ਰ ਆਇਆ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਆਰੋਪੀ ਦੇ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ। ਇਹ ਆਪਣੇ ਕੁਹਾੜਾ ਤੋਂ ਜੀ ਮਾਛੀਵਾੜਾ ਰੋਡ 'ਤੇ ਐਕਸੀਡੈਂਟ ਹੋਇਆ ਦੁਪਹਿਰ ਨੂੰ, ਅਤੇ ਜਿਹੜਾ ਉਹ ਜੇ ਸੀ ਬੀ ਹਾਈਡਰਾ ਵਾਲਾ ਸੀਗਾ ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ 'ਤੇ ਕੋਈ ਬੰਦਾ ਜਾ ਰਿਹਾ। ਉਹ ਆਪਣੀ ਸਪੀਡ 'ਤੇ ਜਾ ਰਿਹਾ, ਪਿੱਛੇ ਬੈਕ ਤੋਂ ਜਾ ਕੇ ਉਹਨੇ ਗੱਡੀ ਮਾਰੀ, ਪਹਿਲਾਂ ਟਾਇਰ ਵੱਜੇ ਨੇ, ਅੱਗੇ ਵਾਲੇ ਟਾਇਰ ਵੱਜੇ ਨੇ, ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੀ ਨਿਕਲੇ ਨੇ ਬੰਦੇ, ਅਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ। ਸਿਰਫ ਪੁਲਿਸ ਇਹੀ ਕਹਿ ਰਹੀ ਅਸੀਂ ਤੁਹਾਡੇ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ। ਤੁਸੀਂ ਕੀ ਲੱਗਦੇ ਹੋ ਜਿਹੜੇ ਮੁੰਡੇ ਦੱਸੇ? ਮੇਰਾ ਬ੍ਰਦਰ ਹੀ ਆਈ, ਮੇਰਾ ਛੋਟੇ, ਮੇਰੀ ਭੂਆ ਜੀ ਦਾ ਲੜਕਾ। ਭੂਆ ਜੀ ਦਾ ਲੜਕਾ, ਹਾਂਜੀ। ਅੱਛਾ, ਕਿੰਨੇ ਵਜੇ ਦੀ ਗੱਲ ਹੈ ਜੀ? ਇਹ ਕੱਲ੍ਹ 1:11 ਤੇ ਐਕਸੀਡੈਂਟ ਹੋਇਆ। ਅਤੇ ਇਹ ਕਿਤੇ ਜਾ ਰਹੇ ਸੀਗੇ ਜਾਂ ਕਿਤੇ? ਹਾਂ, ਉੱਥੇ ਫੈਕਟਰੀ ਨੈਕਸੋ ਫੈਕਟਰੀ 'ਚ ਕੰਮ ਕਰਦਾ ਸੀਗਾ। ਠੀਕ ਹੈ, ਅਤੇ ਫੈਕਟਰੀ ਨੂੰ ਜਾ ਰਿਹਾ ਸੀਗਾ। ਠੀਕ ਹੈ ਜੀ। ਅਤੇ ਉਹ ਪਿੱਛੋਂ ਆਈ ਗੱਡੀ ਦੇ ਉੱਪਰ ਦੀ ਬਿਲਕੁਲ ਦੈੜ ਕੇ ਉਹਦੇ ਪੂਰੀ ਲਦੜ ਲਦੜ ਕੇ ਹੈਡਰ ਆ ਜਿਹੜੀ ਗੱਡੀ ਉਹ ਸੀਗਾ ਟਰੈਕਟਰ ਉਹਦੇ ਉੱਪਰ ਦੀ ਲੰਘ ਕੇ ਜਾ। ਅੱਛਾ, ਇਸ ਸੰਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਂ ਕੀ? ਹਾਂਜੀ, ਪਰਚਾ ਰੱਦ ਦਾ ਹੋਇਆ ਹੋਇਆ ਅਤੇ ਉਹ ਸਾਨੂੰ ਇਹੀ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਹੁਣ ਤੱਕ ਕੋਈ ਬੰਦਾ ਨਹੀਂ ਟਰੇਸ ਕੀਤਾ ਇਹਨਾਂ ਨੇ, ਕੁਛ ਨਹੀਂ। ਸਾਡਾ 2 ਵਜੇ ਦਾ 1 ਵਜੇ ਦਾ ਜੀ ਡੈਥ ਹੋਈ ਆ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ, ਮੇਰੇ ਮਾਮਾ ਜੀ ਨਿਸਕੇ। ਅੱਛਾ, ਠੀਕ ਹੈ ਜੀ। ਉਹਨਾਂ 1 ਵਜੇ ਦੀ ਡੈਥ ਹੋਈ ਆ, ਠੀਕ ਹੈ। ਸਾਡਾ 2 ਵਜੇ ਦੀ FIR ਕਰੀ ਆ, ਬਟ 24 ਘੰਟੇ ਹੋ ਚੁੱਕੇ ਨੇ, ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਦੇ ਛੋਟੇ ਛੋਟੇ ਬੱਚੇ ਨੇ, ਇੱਕ 5 ਸਾਲ ਦੀ ਕੁੜੀ ਆ, ਇੱਕ 7 ਸਾਲ ਦਾ ਬੱਚਾ ਉਹਦਾ। ਸਾਨੂੰ ਇਨਸਾਫ ਮਿਲਣਾ ਚਾਹੀਦਾ। ਉਹ ਜਿਹੜਾ ਡਰਾਈਵਰ ਸੀਗਾ ਉਹਦਾ ਨਸ਼ਾ ਕੀਤਾ ਹੋਇਆ ਸੀਗਾ, ਉਹਨੂੰ ਪਤਾ ਨਹੀਂ ਲੱਗਿਆ, ਠੀਕ ਹੈ, ਹਿੱਟ ਐਂਡ ਰਨ ਦਾ ਕੇਸ ਬਣਦਾ, ਉਹ ਭਜਾ ਕੇ ਇੰਨੀ ਤੇਜ਼ ਲੈ ਗਿਆ, ਹਾਲੇ ਤੱਕ ਉਹਦਾ ਕੋਈ ਪਤਾ ਨਹੀਂ ਗਾ। ਹਾਂਜੀ। ਅੱਛਾ, ਕੋਈ ਸੀਸੀਟੀਵੀ ਸਾਹਮਣੇ ਕੋਈ? ਸੀਸੀਟੀਵੀ ਅਸੀਂ ਸਾਰੀਆਂ ਰਿਪੋਰਟਾਂ ਕਢਵਾ ਲਈਆਂ ਨੇ ਜੀ, ਠੀਕ ਹੈ। 5 ਬੈਂਕਾਂ ਨੇ ਉੱਥੇ, 10 ਘੱਟੋ ਘੱਟ ਫੈਕਟਰੀਆਂ ਨੇਗੀਆਂ, ਠੀਕ ਹੈ। ਸਾਰੀਆਂ ਫੋਟੋਜ਼ ਕਢਵਾ ਲਈਆਂ ਨੇ। ਇੱਕ ਤੁਰੇ ਜਾ ਰਹੇ ਨੌਜਵਾਨ ਦੇ ਉੱਪਰ ਕ੍ਰੇਨ ਚੜ ਗਈ। ਦੋਵੇਂ ਟਾਇਰ ਨੌਜਵਾਨ ਦੇ ਸਰੀਰ ਉੱਪਰੋਂ ਲੰਘੇ ਨੇ। ਮੌਕੇ ਤੇ ਹੀ ਇਸ ਨੌਜਵਾਨ ਦੀ ਮੌਤ ਹੋਈ ਹੈ। ਇਹ ਦਰਦਨਾਕ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇੱਕ ਨੌਜਵਾਨ ਸੜਕ ਦੇ ਕਿਨਾਰੇ ਤੇ ਤੁਰਿਆ ਜਾ ਰਿਹਾ ਤਾਂ ਪਿੱਛੋਂ ਬੇਲਗਾਮ ਇੱਕ ਕ੍ਰੇਨ ਦੇ ਵੱਲੋਂ ਉਸ ਨੂੰ ਦਰੜਿਆ ਗਿਆ। ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਲੁਧਿਆਣਾ ਦੇ ਪਿੰਡ ਕੂਮ ਕਲਾਂ ਦੇ ਨੇੜੇ ਇਹ ਭਿਆਨਕ ਹਾਦਸਾ ਹੋਇਆ ਜਿੱਥੇ ਇੱਕ ਕ੍ਰੇਨ ਨੇ ਰਾਹ ਜਾਂਦੇ ਸ਼ਖਸ ਨੂੰ ਕੁਚਲ ਦਿੱਤਾ। ਕ੍ਰੇਨ ਦਾ ਟਾਇਰ ਉਸਦੇ ਸਰੀਰ ਉੱਪਰੋਂ ਦੀ ਲੰਘ ਗਿਆ। ਇਸ ਦਰਦਨਾਕ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ। ਮੌਕੇ ਤੇ ਆਈ ਪੁਲਿਸ ਨੇ ਮ੍ਰਿਤਕ ਦੇਹ ਨੂੰ ਹਸਪੀਟਲ ਪਹੁੰਚਾਇਆ ਜਿੱਥੇ ਉਸਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਕ੍ਰੇਨ ਚਾਲਕ ਦੇ ਵੱਲੋਂ ਵਰਤੀ ਲਾਪਰਵਾਹੀ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਧਰ ਜਦੋਂ ਪੁਲਿਸ ਦੇ ਮੁਲਾਜ਼ਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਨੂੰ ਦੇਖ ਕੇ ਭੱਜਦਾ ਨਜ਼ਰ ਆਇਆ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਆਰੋਪੀ ਦੇ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ।
ਇਹ ਆਪਣੇ ਕੁਹਾੜਾ ਤੋਂ ਜੀ ਮਾਛੀਵਾੜਾ ਰੋਡ 'ਤੇ ਐਕਸੀਡੈਂਟ ਹੋਇਆ ਦੁਪਹਿਰ ਨੂੰ, ਅਤੇ ਜਿਹੜਾ ਉਹ ਜੀ ਸੀ ਵੀ ਹਾਈਡਰਾ ਵਾਲਾ ਸੀਗਾ, ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ 'ਤੇ ਕੋਈ ਬੰਦਾ ਜਾ ਰਿਹਾ, ਉਹ ਆਪਣੀ ਸਪੀਡ 'ਤੇ ਜਾ ਰਿਹਾ, ਪਿੱਛੇ ਬੈਕ ਤੋਂ ਜਾ ਕੇ ਉਹਨੇ ਗੱਡੀ ਮਾਰੀ, ਪਹਿਲਾਂ ਟਾਇਰ ਵੱਜੇ ਨੇ, ਅੱਗੇ ਵਾਲੇ ਟਾਇਰ ਵੱਜੇ ਨੇ, ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੀ ਨਿਕਲੇ ਨੇ ਬੰਦੇ, ਅਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ, ਸਿਰਫ ਪੁਲਿਸ ਇਹੀ ਕਹਿ ਰਹੀ ਸੀ ਤੁਹਾਡੇ ਨਾਲ ਅਸੀਂ ਕਾਰਵਾਈ ਕਰ ਰਹੇ। ਤੁਸੀਂ ਕੀ ਲੱਗਦੇ ਹੋ ਜਿਹੜੇ ਮੁੰਡੇ ਦੱਸੇ? ਮੇਰਾ ਬ੍ਰਦਰ ਹੀ ਆ ਜੀ, ਮੇਰਾ ਛੋਟੇ, ਮੇਰੀ ਭੂਆ ਜੀ ਦਾ ਲੜਕਾ। ਭੂਆ ਦਾ ਲੜਕਾ, ਹਾਂਜੀ। ਅੱਛਾ, ਕਿੰਨੇ ਵਜੇ ਦੀ ਗੱਲ ਹੈ ਜੀ? ਇਹ ਕੱਲ੍ਹ 1:11 'ਤੇ ਐਕਸੀਡੈਂਟ ਹੋਇਆ। ਅਤੇ ਇਹ ਕਿਤੇ ਜਾ ਰਹੇ ਸੀਗੇ ਜਾਂ ਕਿਤੇ? ਹਾਂ, ਉੱਥੇ ਫੈਕਟਰੀ ਨੈਕਸੋ ਫੈਕਟਰੀ 'ਚ ਕੰਮ ਕਰਦਾ ਸੀਗਾ, ਅਤੇ ਫੈਕਟਰੀ ਨੂੰ ਹੀ ਜਾ ਰਿਹਾ ਸੀਗਾ। ਠੀਕ ਹੈ ਜੀ। ਅਤੇ ਉਹ ਪਿੱਛੋਂ ਆਈ ਗੱਡੀ ਦੇ ਉੱਪਰ ਦੀ ਬਿਲਕੁਲ ਦੈੜ ਕੇ ਉਹਦੇ ਲਦੜ ਲਦੜ ਕੇ ਹੈਡਰ ਆ ਜਿਹੜੀ ਗੱਡੀ ਹੋਰ ਸੀਗਾ ਟਰੈਕਟਰ ਉਹਦੇ ਉੱਪਰ ਦੀ ਲੰਘ ਕੇ ਜਾਂਦੇ। ਇਸ ਸੰਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਂ ਕੀ? ਹਾਂਜੀ, ਪਰਚਾ ਰਾਤ ਦਾ ਹੋਇਆ ਹੋਇਆ, ਅਤੇ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਹੁਣ ਤੱਕ ਕੋਈ ਬੰਦਾ ਨਹੀਂ ਟਰੇਸ ਕੀਤਾ ਇਹਨਾਂ ਨੇ, ਕੁਛ ਨਹੀਂ। ਸਾਡਾ 2 ਵਜੇ ਦਾ 1 ਵਜੇ ਦਾ ਜੀ ਡੈਥ ਹੋਈ ਆ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ, ਮੇਰੇ ਮਾਮਾ ਜੀ ਨੇ ਸਕੇ। ਅੱਛਾ, ਠੀਕ ਹੈ ਜੀ। ਉਹਨਾਂ 1 ਵਜੇ ਦੀ ਡੈਥ ਹੋਈ ਆ, ਠੀਕ ਆ, ਸਾਡਾ 2 ਵਜੇ ਦੀ FIR ਕਰੀ ਆ, ਬਟ 24 ਘੰਟੇ ਹੋ ਚੁੱਕੇ ਨੇ, ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਦੇ ਛੋਟੇ ਛੋਟੇ ਬੱਚੇ ਨੇ, ਇੱਕ 5 ਸਾਲ ਦੀ ਗੁੜੀ ਆ, ਇੱਕ 7 ਸਾਲ ਦਾ ਬੱਚਾ ਉਹਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਉਹ ਜਿਹੜਾ ਡਰਾਈਵਰ ਸੀਗਾ ਉਹਦਾ ਨਸ਼ਾ ਕੀਤਾ ਹੋਇਆ ਸੀਗਾ, ਉਹਨੂੰ ਪਤਾ ਨਹੀਂ ਲੱਗਿਆ, ਠੀਕ ਹੈ, ਹਿਟ ਐਂਡ ਰਨ ਦਾ ਕੇਸ ਬਣਦਾ, ਉਹ ਭਜਾ ਕੇ ਇੰਨੀ ਤੇਜ਼ ਲੈ ਗਿਆ, ਹਾਲੇ ਤੱਕ ਉਹਦਾ ਕੋਈ ਪਤਾ ਨਹੀਂ ਗਾ। ਹਾਂਜੀ। ਅੱਛਾ, ਕੋਈ CCTV ਸਾਹਮਣੇ? CCTV ਅਸੀਂ ਸਾਰੀਆਂ ਰਿਪੋਰਟਾਂ ਕਢਵਾ ਲਈਆਂ ਨੇ ਜੀ, ਠੀਕ ਹੈ, 5 ਬੈਂਕਾਂ ਨੇ ਉੱਥੇ, 10 ਘੱਟੋ ਘੱਟ ਫੈਕਟਰੀਆਂ ਨੇਗੀਆਂ, ਠੀਕ ਹੈ, ਸਾਰੀਆਂ ਫੋਟੋ ਕਢਵਾ ਲਈਆਂ ਨੇ,